ਡੇਰਾ ਬਾਬਾ ਨਾਨਕ ਨਜ਼ਦੀਕ ਪੈਂਦੇ ਪਿੰਡ ਟਾਂਡੇ ਦੇ DDI ਸਕੂਲ ਦੇ ਸਕਿਉਰਿਟੀ ਗਾਰਡ ਰਤਨ ਸਿੰਘ ਵਾਸੀ ਸ਼ਮਸ਼ੇਰਪੁਰ ਚਿਤੌੜਗੜ੍ਹ ਵੱਲੋਂ ਆਤਮ ਹੱਤਿਆ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਉਸਦੇ ਦੂਜੇ ਸਾਥੀ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਜਦੋਂ ਉਹ ਸਕੂਲ ਆਇਆ ਤਾਂ ਉਸਨੇ ਸਕੂਲ ਦਾ ਗੇਟ ਖੜਕਾਇਆ ਤਾਂ ਅੱਗੋਂ ਜਵਾਬ ਨਾ ਮਿਲਣ 'ਤੇ ਜਦੋਂ ਗੇਟ ਦੀ ਕੰਧ ਟੱਪ ਕੇ ਅੰਦਰ ਜਾ ਕੇ ਕਮਰਾ ਵੇਖਿਆ ਤਾਂ ਰਤਨ ਸਿੰਘ ਦੀ ਲਾਸ਼ ਲਟਕ ਰਹੀ ਸੀ। ਉੱਧਰ ਮ੍ਰਿਤਕ ਰਤਨ ਸਿੰਘ ਦੀ ਪਤਨੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਕੂਲ ਦੇ ਮਾਲਕਾਂ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸਨੇ ਆਤਮ ਹੱਤਿਆ ਕੀਤੀ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ। ਤੁਸੀਂ ਸਭ ਤੋਂ ਪਹਿਲਾਂ ਦੇਖਿਆ ਆਣ ਕੇ, ਕੀ ਗੱਲ ਹੋਈ ਸੀ ਸਵੇਰੇ? ਨਹੀਂ ਸਰ, ਮੈਂ ਨਹੀਂ ਵੇਖਿਆ। ਆ ਜਦੋਂ ਬੱਚੇ ਆਏ ਆ ਨਾ ਤੇ ਸਾਰੇ ਬੱਚੇ ਇਕੱਠੇ ਹੋ ਗਏ, ਮੈਂ ਤੇ ਚੜ ਨਹੀਂ ਸਕਦਾ ਪੌੜੀਆਂ, ਨਾ ਉਧਰੋਂ ਦੀ ਚੜ ਸਕਦਾ ਨਾ ਇਧਰੋਂ। ਤੁਸੀਂ ਵੀ ਸਕਿਉਰਿਟੀ ਗਾਰਡ ਇੱਥੇ? ਮੈਂ ਸਵੇਰੇ ਤੁਹਾਡੀ ਡਿਊਟੀ ਕਿੰਨੇ ਤੋਂ ਕਿੰਨੇ ਆ? ਸਵੇਰੇ ਚਾਬੀਆਂ ਦੇ ਜਾਂਦਾ ਤੇ ਰਾਤ ਨੂੰ 6 ਵਜੇ। ਸਵੇਰੇ 6 ਵਜੇ ਤੇ ਰਾਤ ਨੂੰ 6 ਵਜੇ ਚਾਬੀਆਂ ਮੇਥੋਂ ਲੈ ਲੈਂਦਾ ਘਰੋਂ ਤੇ ਸਵੇਰੇ ਮੈਂ ਆਣ ਕੇ ਤੇ ਆਵਾਜ਼ਾਂ ਮਾਰੀਆਂ, ਬੂਆ ਖੋਲ ਬੂਆ ਖੋਲ, ਨਹੀਂ ਖੋਲਿਆ ਤੇ ਨਾ ਮੇਥੋਂ ਚੜਿਆ ਹੀ ਗਿਆ। ਫਿਰ ਉਦੋਂ ਨੂੰ 8 ਵਜੇ ਬੱਚੇ ਆ ਗਏ ਸਾਰੇ, ਗੱਡੀਆਂ ਆ ਗਈਆਂ ਉਹ ਤੇ ਉਹ ਗੱਡੀਆਂ ਸਾਡੇ ਉੱਧਰ ਹੀ ਖਲੋ ਰਹੀਆਂ, ਇੱਧਰ ਕੋਈ ਨਹੀਂ ਆਈ। ਗੇਟ ਨਹੀਂ ਖੁੱਲ੍ਹਾ ਤਾਂ ਕਰਕੇ ਫਿਰ ਪਤਾ ਕਿਸ ਤਰ੍ਹਾਂ ਲੱਗਾ? ਫਿਰ ਜਦੋਂ ਆਪਣੇ ਗੱਡੀਆਂ ਵਾਲੇ ਆ ਗਏ ਮੁੰਡੇ ਡਰਾਈਵਰ, ਇਹ ਸਾਰੇ ਫਿਰ ਚੜ੍ਹੇ ਉੱਤੋਂ ਦੀ ਚੜ੍ਹ ਕੇ ਇੱਥੋਂ ਦੀ, ਤੇ ਫਿਰ ਇਹਨਾਂ ਵੇਖਿਆ ਵੀ ਉਹ ਸਾਰੀਆਂ ਬਾਹਰ ਰੁਕੀਆਂ ਸੀ ਤੇ ਸਟਾਫ ਵੀ ਸਾਰਾ ਬਾਹਰ ਸੀ ਤੇ ਉਹਨਾਂ ਫਿਰ ਅੰਦਰ ਆਣ ਕੇ ਵਹਿੰਦਾ ਨੀ, ਆਵਾਜ਼ ਨਹੀਂ ਦਿੰਦਾ ਪਿਆ ਵੀ ਅੰਦਰ ਸੁੱਤਾ ਵਾ ਜਾਂ ਕੀ ਆ ਕੀ ਨਹੀਂ ਆ। ਸਰ ਇਧਰੋਂ ਦੀ ਆਣ ਕੇ ਫਿਰ ਇੱਥੋਂ ਸਾਹਮਣੇ ਵੇਖਿਆ ਤੇ ਉਹ ਸਾਹਮਣੇ ਇਹੀ ਕਿ ਉਹਨਾਂ ਦੀ ਬੋਡੀ ਲਮਕਦੀ ਪਈ ਸੀ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਕਿ ਉਹਨਾਂ ਨੂੰ ਬਾਹਰ ਲੈ ਚੁੱਕੇ ਆਪਣਾ, ਉਹਨਾਂ ਦੇ ਗਲ 'ਚ ਪਰਨਾ ਪਿਆ ਸੀ ਤੇ ਜਿਸ ਤਰ੍ਹਾਂ ਤੁਸੀਂ ਵੇਖਿਆ ਜਿਹੜੇ ਅਸੀਂ ਵੇਖਿਆ ਸਵੇਰੇ ਇਹੋ ਕੁਛ ਹੋਇਆ। ਹਾਂਜੀ, ਮੇਰਾ ਪਤੀ ਸੀ ਉਹ ਚੰਗਾ ਭਲਾ ਘਰੋਂ ਆਇਆ ਵਾ, 5:30 ਵਜੇ ਆ ਗਿਆ, ਰੋਟੀ ਪਾਣੀ ਖਾ ਕੇ, ਰੋਟੀ ਇਹਨੇ ਖਾਧੀ ਆ, ਚਾਹ ਪੀਤੀ ਉਹਨੇ ਤੇ ਸਹੀ ਸਲਾਮਤ ਰਹਿ, 9:30 ਵਜੇ ਸਾਡੇ ਨਾਲ ਗੱਲ ਹੋਈ ਉਹਦੀ ਤੇ ਬਾਕੀ ਰਾਤ 9:30 ਸਾਡੇ ਨਾਲ ਗੱਲ ਹੋਈ ਉਹਦੀ, ਫਿਰ ਕੋਈ ਗੱਲ ਨਹੀਂ ਹੋਈ। ਸਵੇਰੇ 7:30 ਤੱਕ ਡੀਕਦੇ ਰਹੇ ਉਹਨੂੰ ਵੀ ਉਹ ਆ ਜਾਂਦਾ, ਉਹ ਆਇਆ ਨਹੀਂ ਆ। ਬਾਕੀ ਇਹ ਸਕੂਲ ਵਿੱਚ ਹੋਇਆ ਇਹਨਾਂ ਦਾ ਤਾਂ ਜੋ ਵੀ ਇਹ ਸਕੂਲ ਵਾਲਾ ਕੋਈ ਹਿਸਾਬ ਲੈਣਾ, ਉਹੀ ਇਹਦਾ ਜ਼ਿੰਮੇਵਾਰ ਆ, ਉਹੀ ਜ਼ਿੰਮੇਵਾਰ ਆ ਸਕੂਲ ਵਾਲੇ, ਕਿਉਂਕਿ ਘਰੋਂ ਤਾਂ ਚੰਗਾ ਭਲਾ ਡਿਊਟੀ ਆਇਆ, ਉਹ ਔਨ ਡਿਊਟੀ ਸੀ, ਉਹ ਸਕੂਲ ਵਾਲਿਆਂ ਨੇ ਕੋਈ ਟੈਨਸ਼ਨ ਦਿੱਤੀ ਆ ਤੇ ਉਹਦੇ ਕਰਕੇ ਇਹ ਹੋਇਆ ਤੇ ਸਾਰੀ ਜ਼ਿੰਮੇਵਾਰੀ ਜੋ ਵੀ ਆ ਇਹ ਸਕੂਲ ਵਾਲਿਆਂ ਦਾ ਹੀ ਹੋਇਆ। ਬਾਕੀ ਇਹ ਕਿ ਹੈਲਪ ਕੀਤੀ ਜਾਏ ਜਿੰਨੀ ਵੀ ਸਰਕਾਰ ਜਾਂ ਸਕੂਲ ਵਾਲੇ ਜਿੱਦਾਂ ਵੀ ਕੈਮਰੇ ਚੈੱਕ ਕਰ ਰਹੇ ਅੰਦਰ ਡਿਊਟੀ 'ਤੇ ਆਉਣ ਦੀ ਡਿਊਟੀ ਆਏ ਨੇ ਭਾਅ ਜੀ ਅਤੇ ਹੁਣ ਤੱਕ ਇੱਥੇ ਲਾਸ਼ ਅੰਦਰ ਹੀ ਹੈ, ਕੈਮਰੇ ਚੈੱਕ ਕਰ ਰਹੇ ਪਏ ਆ, ਜੋ ਵੀ ਅੱਗੇ ਕਾਰਵਾਈ ਬਣਦੀ ਆਪ ਹੈਲਪ ਕਰੋ। ਫੋਨ ਆਇਆ ਸਵੇਰੇ ਮੈਡਮ ਦਾ ਤੇ ਘਰ ਤੇ ਭਨੇਵੀ ਮੇਰੀ ਨੇ ਫੋਨ ਕੀਤਾ ਕਿ ਮਾਮਾ ਇੱਦਾਂ ਦਾ ਫੋਨ ਆਇਆ ਕਿ ਪਾਪਾ ਉੱਥੇ ਆ ਚਾਂਸ ਹੋ ਗਿਆ ਤੇ ਆਪਾਂ ਇੱਥੇ ਆ ਗਏ ਆ ਤੇ ਬੁੱਕੇ ਤੇ ਵੇਖਿਆ ਵਾ ਕਿ ਉਹਦੀਆਂ ਲੱਤਾਂ ਜ਼ਮੀਨ ਨਾਲ ਲੱਗਣ ਦੀਆਂ ਤੇ ਪਰਨਾ ਗਲ 'ਚ ਵਲੇਟਿਆ ਸੀ। ਇਹਨੂੰ ਕੋਈ ਫਾਹ ਲੈਣਾ ਜਾਂ ਆਤਮ ਹੱਤਿਆ ਨਹੀਂ ਕਿਹਾ ਜਾ ਸਕਦਾ,
ਇਹ ਹੱਤਿਆ ਕੀਤੀ ਗਈ ਹੈ। ਇਹ ਸਬੂਤ ਫੋਟੋਆਂ ਤੋਂ ਵੇਖ ਕੇ ਮੌਕੇ ਤੋਂ ਸਾਨੂੰ ਇਹ ਲੱਗਦਾ ਕਿ ਸਾਡੇ ਜਵਾਈ ਦੇ ਨਾਲ ਕੋਈ ਅਪਰਾਧ ਹੋਇਆ। ਹਾਂਜੀ, ਮੇਰੇ ਜੀਜਾ ਹੀ ਲੱਗਦੇ ਆ ਅਤੇ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਇਨਸਾਫ ਮਿਲੇ। ਧੀਆਂ ਨੇ ਛੋਟੀਆਂ, ਇਹ ਤਿੰਨ ਬੱਚੇ ਆ, ਦੋ ਗੁੱਡੀਆਂ ਜੇ, ਦੋਨੋਂ ਵਿਆਹ ਦੇ ਲੈ ਗਿਆ ਅਤੇ ਕਾਕਾ ਛੋਟਾ ਇਹਨਾਂ ਤੋਂ, ਉਹ ਜੇ ਪੜ੍ਹਦਾ ਪਿਆ ਵਾ 8ਵੀਂ 9ਵੀਂ 'ਚ। ਇਹ ਗੱਲ ਫੋਨ ਆਇਆ ਸੀ ਸਵੇਰੇ ਕਿਸੇ ਦਾ, ਕੱਲ੍ਹ 5:30-6 ਵਜੇ ਜਿਹੜੇ ਉਸੇ ਟਾਈਮ ਡਿਊਟੀ 'ਤੇ ਆ ਗਏ ਸੀ। ਜਿਸ ਤਰ੍ਹਾਂ ਕੋਈ ਬਾਕੀ ਕੋਈ ਪਰੇਸ਼ਾਨੀ ਨਹੀਂ ਸੀ ਘਰੋਂ, ਕੋਈ ਵੀ ਕੰਮ 'ਤੇ ਜਿੱਦਾਂ ਆਉਂਦੇ ਕੰਮ ਵਾਲੇ ਬੰਦੇ ਸੀ ਉਹ, ਅਤੇ ਸਵੇਰੇ ਫੋਨ ਆਇਆ ਇੱਥੋਂ ਸਕੂਲ ਵਿੱਚੋਂ ਕਿ ਉਹਨਾਂ ਨੇ ਫਾਹ ਲੈ ਲਿਆ। ਅਤੇ ਜਦੋਂ ਔਨ ਦੀ ਸਪੋਰਟ ਇੱਥੇ ਆ ਕੇ ਦੇਖਿਆ ਗਿਆ, ਉਹਨਾਂ ਦੇ ਪੈਰ ਜ਼ਮੀਨ 'ਤੇ ਲੱਗੇ ਸੀ। ਕੋਈ ਫਾਹ ਵਾਲਾ ਮਸਲਾ ਨਹੀਂ, ਪਤਾ ਨਹੀਂ ਕੀ ਬਾਕੀ ਇਹਨਾਂ ਨੂੰ ਪਤਾ ਹੈ। ਸਰਕਾਰ ਤੋਂ ਇਹ ਮੰਗ ਕਰਦੇ ਕਿ ਬੱਚੇ ਛੋਟੇ ਨੇ ਇਹਨਾਂ ਦੇ, ਅਤੇ ਇਹਨਾਂ ਦਾ ਬਾਰੇ ਸੋਚਿਆ ਜਾਵੇ, ਹੈਲਪ ਕੀਤੀ ਜਾਏ, ਬਸ ਇਹੀ ਮੰਗ। ਬਾਕੀ ਹੋਰ ਕੋਈ ਕਿਸ ਤਰ੍ਹਾਂ ਦਾ ਇੰਸੀਡੈਂਟ ਹੋਇਆ ਪਤਾ ਨਹੀਂ। ਅਸੀਂ ਤਾਂ 8:30-8 ਵਜੇ ਸਕੂਲ ਆਏ ਹਾਂ ਅਤੇ ਸਾਰੇ ਟੀਚਰਸ ਇੱਥੇ ਖਲੋਤੇ ਅਤੇ ਵੈਨਸ ਵੀ ਇੱਥੇ ਖਲੋਤੀਆਂ ਅਤੇ ਸਾਨੂੰ ਕਹਿੰਦੇ ਇੱਥੇ ਖਲੋ ਜਾਓ, ਅਸੀਂ ਇੱਥੇ ਖਲੋ ਗਏ। ਉਹ ਗਾੜੀ ਜਾਣ ਹੀ ਨਹੀਂ ਦਿੱਤਾ ਵਾ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅੰਦਰ ਡੈਡ? ਉਹ ਅੰਕਲ ਗਏ ਕੋਈ ਅੰਦਰ, ਫਿਰ ਬਾਅਦ ਵਿੱਚ ਪਤਾ ਲੱਗਾ ਸਾਨੂੰ। ਪਤਾ ਨਹੀਂ ਸਾਨੂੰ, ਮੈਂ ਤਾਂ ਪਹਿਲੀ ਵਾਰੀ ਵੇਖਿਆ ਇਹਨਾਂ ਨੂੰ। ਸਕੂਲ 'ਚ ਵਜੇ ਆਇਆ ਕਿ ਜਿਹੜਾ ਬੰਦਾ ਸਾਡੇ ਕੋਲ ਲੱਗਾ ਪਿਛਲੇ 2-2.5 ਸਾਲ ਤੋਂ ਲੱਗਾ ਇਹ, ਅਤੇ ਹੁਣ ਸਵੇਰੇ ਆਏ ਹਾਂ ਅਤੇ ਉਹ ਕੈਮਰੇ ਸਾਰੇ ਚੈੱਕ ਕੀਤੇ ਆ ਅਤੇ ਉਹ ਰਸੂਲ ਸਾਡੇ ਉਹਨੇ ਕੀਤਾ ਕੈਮਰੇ, ਕੋਈ ਬੰਦਾ ਅੰਦਰ ਆਉਂਦਾ ਬਾਹਰ ਆਉਂਦਾ ਕੋਈ ਨਜ਼ਰ ਨਹੀਂ ਆਇਆ, ਅਤੇ ਜਿੱਥੇ ਉਹਨੇ ਕੀਤਾ ਉੱਥੇ ਕੋਈ ਚੀਜ਼ ਵੀ ਨਹੀਂ ਹਿੱਲੀ ਹੋਈ, ਮਤਲਬ ਸਾਰਾ ਕੁਝ ਆਪਣੇ ਟਿਕਾਣੇ 'ਤੇ ਪਿਆ। ਅਤੇ ਉਹ ਜਿਹੜੀ ਸਕੂਲ ਦੀ ਜਿਹੜਾ ਕਮਰੇ ਦਾ ਬੰਨੀ ਬਣੀ, ਬੰਨੀ 'ਤੇ ਖਲੋ ਕੇ ਅਤੇ ਉਹਨੇ ਬੰਨ ਕੇ ਅਤੇ ਥੱਲੇ ਛਾਲ ਮਾਰੀ, ਸੁਸਾਈਡ ਹੋਇਆ। ਬਾਕੀ ਜੇ ਕੋਈ ਸੁਸਾਈਡ ਦਾ ਹੁਣ ਕਿਉਂ ਹੋਇਆ ਜਾਂ ਉਹ ਤਾਂ ਘਰ ਦੇ ਦੱਸਣਗੇ। ਘਰ 'ਚ ਕੋਈ ਮੈਂਬਰਾਂ ਨੇ ਅੱਜ ਕੀਤਾ ਕਿ ਸਕੂਲ ਵੱਲੋਂ ਇਹਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਸਕੂਲ ਦੇ ਪ੍ਰਿੰਸੀਪਲ ਵੱਲੋਂ ਜਿਹੜੇ ਤੰਗ ਪਰੇਸ਼ਾਨ ਕੀਤਾ ਉਹਦੀ ਵਜ੍ਹਾ ਕਰਕੇ ਜਿਹੜੇ ਇਹਨਾਂ ਸੁਸਾਈਡ ਤਨਖਾਹ ਨਹੀਂ ਟਾਈਮ ਨਾਲ ਮਿਲੀ, ਹੋਰ ਕਈ ਉਹਨਾਂ ਗੱਲ। ਉਹ ਤਾਂ ਭਾਅ ਜੀ ਉਹ ਜਿਹੜੀ ਤਨਖਾਹ ਮਿਲੀ, ਜਿਹੜੀ ਤਰੀਕ ਨੂੰ ਮਿਲਦੀ ਉੱਥੇ ਡੇਟ ਲਿਖੀ ਹੁੰਦੀ ਹੈ, ਉਹ ਪਤਾ ਲੱਗ ਜਾਏਗਾ। ਨਾਲੇ ਤੁਹਾਨੂੰ ਜਿਹੜੀ ਤਨਖਾਹ ਸਿੱਧੀ ਅਕਾਊਂਟ 'ਚ ਜਾਂਦੀ ਉਹ ਬੈਂਕ 'ਚ ਆਪਣੇ ਪਾ ਦਿੰਦਾ। ਹੋਰ ਉਹ ਕਹਿ ਰਹੇ ਕਿ ਤੰਗ ਪਰੇਸ਼ਾਨ ਕਰਦੇ ਰਹੇ ਸਕੂਲ ਨੇ, ਉਹ ਪੁਲਿਸ ਵੇਖ ਲਈ ਪੁਲਿਸ ਵੇਖ ਲਈ ਗੱਲ ਪੁਲਿਸ ਚੈੱਕ ਕਰ ਲਏਗੀ ਸਾਡੇ ਕੋ 2.5 ਸਾਲ ਤੋਂ ਲੱਗਾ ਆ। ਜੇ ਉਹ ਪਰੇਸ਼ਾਨ ਹੁੰਦਾ ਸਾਡੇ ਕੋਲ ਕੰਮ ਤਾਂ ਹੀ ਨਾ ਆਉਂਦਾ, ਜੇ ਬਹੁਤਾ ਪਰੇਸ਼ਾਨ ਹੁੰਦਾ ਸਾਡੇ ਕੋਲ ਕੰਮ ਤਾਂ ਹੀ ਨਾ ਆਉਂਦਾ, ਕੰਮ ਛੱਡ ਦਿੰਦਾ। ਕੰਮ ਦੀ ਕਮੀ ਹੋਣਾ ਦੁਨੀਆਂ 'ਚ ਵੀ, ਜੇ ਬਹੁਤਾ ਪਰੇਸ਼ਾਨ ਹੁੰਦਾ ਕੰਮ 'ਤੇ ਕੰਮ ਛੱਡ ਦਿੰਦਾ, ਸੁਸਾਈਡ ਕਰਨਾ ਕੋਈ ਕਈਆਂ ਦੀ ਰੋਜੀ ਰੋਟੀ ਦਾ ਸਵਾਲ ਹੁੰਦਾ ਨਾ। ਉਹ ਭਾਅ ਜੀ ਮੇਰੀ ਗੱਲ ਸੁਣੋ, ਕੰਮ ਨਾ ਮਿਲਣਾ ਤਾਂ ਸੁਸਾਈਡ ਕਰਨਾ ਕੋਈ ਬੜੀ ਵੱਡੀ, ਹੁਣ ਉਹਦੀ ਜੇਬ ਦੇ ਵਿੱਚ 1500 ਰੁਪਇਆ ਪੁਲਿਸ ਨੇ ਚੈੱਕ ਕੀਤਾ ਨਿਕਲਿਆ, ਹੁਣ ਇਹ ਹੋਣਾ ਕਿਸੇ ਦੇ ਕਿਸੇ ਕੋਈ ਪੈਸੇ ਨਹੀਂ ਸੀਗੇ ਜਾਂ ਕੋਈ ਹੋਰ ਚੱਕੇ, 1500 ਰੁਪਇਆ ਦੀ ਜੇਬ 'ਚ ਪਿਆ ਸੀ, ਪੁਲਿਸ ਨੇ ਚੈੱਕ ਕੀਤਾ ਵੀ ਨਹੀਂ। ਤੁਸੀਂ ਕਹਿੰਦੇ ਪਏ ਨਾ ਕਿ ਬੜਾ ਆਤਕ ਪਰੇਸ਼ਾਨ ਨਾ ਹੋਵੇ, ਉਹਦੇ ਘਰਦਿਆਂ ਨਾਲ ਗੱਲ ਕਰ ਲੈਂਦੇ, ਬਿਠਾ ਕੇ ਗੱਲ ਕਰ ਲਾਂਗੇ, ਪੁੱਛ ਲਾਂਗੇ ਕੀ ਗੱਲ ਉਹ ਕਰਦੇ ਹੋ। ਪ੍ਰਿੰਸੀਪਲ ਵੱਲੋਂ ਜਦੋਂ ਇਹਦਾ ਟੌਰਚਰ ਕੀਤਾ ਜਾ ਰਿਹਾ, ਪ੍ਰਿੰਸੀਪਲ ਵੱਲੋਂ ਉਹ ਸੀ, ਉਹ ਜਿਹੜੀ ਬਾਕੀ ਸਟਾਫ ਹੈਗਾ ਉਹਨੂੰ ਪੁੱਛ ਲਾਂਗੇ, ਪੁੱਛਗਿੱਛ ਕਰ ਲਾਂਗੇ ਕਿ ਟੌਰਚਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ। ਸੀ ਸਟਾਫ ਵੀ ਤਾਂ ਦੱਸੇਗਾ ਹੀ ਨਾ ਕੁਛ, ਕਿਹਨੂੰ ਕੁਛ ਕਰਦਾ ਸੀ ਕਿ ਨਹੀਂ ਕਰਦੇ। ਬਾਕੀ ਵੀ ਜੇ ਟੌਰਚਰ ਕਰੂ ਸਾਰਿਆਂ ਨੂੰ ਕਰਨਗੇ, ਨਾਲੇ ਇਹਦੀ ਡਿਊਟੀ ਆਉਂਦੀ ਰਾਤੀ 7 ਵਜੇ, ਪ੍ਰਿੰਸੀਪਲ ਤਾਂ 2:30 ਚੱਲ ਜਾਂਦੀ ਹੈ ਇੱਥੋਂ ਉਹਦੇ ਵਿੱਚ। ਕਦੀ ਸਕੂਲ ਵਾਲਿਆਂ ਨਾਲ ਸਾਂਝਾ ਕੀਤਾ ਹੋਵੇ ਵੀ ਮੈਨੂੰ ਆ ਦੁੱਖਿਆ ਕਿਸੇ ਗੱਲ, ਇਹੋ ਜਿਹੀ ਗੱਲਬਾਤ ਨਹੀਂ? ਕੋਈ ਗੱਲ ਨਹੀਂ ਕੀਤੀ, ਬੰਦਾ ਖੁਸ਼ੀ ਨਾਲ ਤਾਂ ਕਰਦਾ ਨਹੀਂ ਭਾਜੀ। ਹੁਣ ਉਹ ਕਰਦਾ ਉਹ ਪਤਾ ਕੀਤਾ ਜਾਏਗਾ ਨਾ ਕਿ ਘਰ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਉਹਨੇ ਸਾਰਾ ਉਹ ਸਕੂਲ ਦੇ ਅੰਦਰ ਮਰਿਆ, ਸਾਰਾ ਮੱਡਾ ਸਕੂਲ ਹੋਣਾ ਨਾ ਆਏ ਨਾ,
ਉਹਦਾ ਘਰੋਂ ਕੋਈ ਮੁਸ਼ਕਲ ਹੋਈ ਹੋਵੇ ਤੇ ਨਹੀਂ ਉਹਦਾ, ਮੈਂ ਤਾਂ ਇਕੱਲਾ ਰਾਤੀ ਰਹਿੰਦਾ ਤਾਂ ਮੈਂ ਕਰ ਲੈਂਦਾ, ਉਹਦਾ ਘਰ ਇਕੱਲਾ ਨਹੀਂ ਰਹਿੰਦਾ ਤਾਂ ਘਰ ਬੰਦਾ ਉਹ ਐਕਸ਼ਨ ਨਹੀਂ ਲੈਂਦਾ, ਹੁਣ ਇੱਥੇ ਰਾਤੀ ਇਕੱਲਾ ਰਹਿੰਦਾ ਸੀ ਤੇ ਹੁਣ ਉਹਦਾ ਘਰ ਦਾ ਕੋਈ ਪਤਾ ਕੀਤਾ ਜਾਏਗਾ ਕਿ ਘਰੋਂ ਕੋਈ ਪ੍ਰੋਬਲਮ ਹੈ, ਉਹਨਾਂ ਦੇ ਜਿਹੜੇ ਘਰ ਦੇ ਜਿਹੜੇ ਆਏ ਨੇ ਹੁਣ ਪੁੱਛ ਲੈਂਦੇ ਕੀ ਹੋਇਆ ਚੱਕਰ, ਉਹ ਦੇ ਲੈਂਗੇ ਜੀ ਪੁਲਿਸ ਨੂੰ ਦੇ ਲੈਂਗੇ ਜਮ੍ਹਾਂ ਕਰਾ ਲਾਂਗੇ, ਹੈਗੀ ਪੁਲਿਸ ਨੂੰ ਦੇਖ ਲਈ, ਅੰਦਰ ਕੋਈ ਨਹੀਂ ਆਇਆ ਨਾ ਕੋਈ ਬਾਹਰ ਗਿਆ, ਰਾਤੀ 11:30 ਪਿਸ਼ਾਬ ਕਰਨ ਉੱਠਿਆ ਬਸ, ਉਸ ਤੋਂ ਬਾਅਦ ਬਾਹਰ ਹੀ ਨਹੀਂ ਆਇਆ। ਅੱਛਾ, ਅੰਦਰ ਹੀ ਸੌਂਦਾ? ਅੰਦਰ ਹੀ ਸੌਂਦਾ। ਮੈਂ ਸਬ ਇੰਸਪੈਕਟਰ ਥਾਣਾ ਫਤਿਹਗੜ੍ਹ ਚੂੜੀਆਂ ਤੋਂ ਆਇਆ, ਇੱਥੇ ਪਤਾ ਲੱਗਾ ਸੀ ਸਾਨੂੰ ਸਵੇਰੇ ਫੋਨ ਆਇਆ ਸੀ ਵੀ ਇੱਕ ਡੈੱਡ ਬੋਡੀ ਆ ਇੱਥੇ ਸਕੂਲ ਦੇ ਵਿੱਚ, ਉਹਨੇ ਫਾਹ ਲਿਆ, ਉੱਥੇ ਮੌਕੇ 'ਤੇ ਆਇਆ ਵੇਖਿਆ ਵਾ, ਹੁਣ ਆਣ ਕੇ ਚੈੱਕ ਕਰਕੇ ਜੋ ਵੀ ਹਾਲਾਤ ਹੋਣਗੇ ਉਹ ਕਰਕੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ। ਫਿਲਹਾਲ ਅਜੇ ਤਾਂ ਨਹੀਂ ਕੋਈ ਤਫਤੀਸ਼ ਦੇ ਦੌਰਾਨ ਪਤਾ ਲੱਗੇਗਾ, ਅਜੇ ਤਾਂ ਪਤਾ ਲੱਗਣ ਡਿਆ ਫਿਰ ਉਹਨੇ ਫਾਹ ਲਿਆ ਵਾ, ਇਹ ਨਹੀਂ ਪਤਾ ਕਰਦੇ ਹਾਂ ਬਾਕੀ ਵੀ ਕੀ ਕਿਹੜੀ ਗੱਲੋਂ ਲਿਆ ਫਾਹ ਜਾਂ ਫਾਹ ਲਿਆ ਜਾਂ ਕਿਸੇ ਨੇ ਮਾਰਿਆ, ਇਹ ਬਾਅਦ 'ਚ ਉਹਦੇ ਸੱਟ ਕੋਈ ਨਹੀਂ ਗੀ ਵੈਸੇ ਉੱਥੇ, ਬਾਕੀ ਕਲੀਅਰ ਕਰ ਲੈਂਦੇ ਜੋ ਵੀ ਹੋਊਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ NRI ਵੀਰ ਵੱਲੋਂ, ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ, ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਅੱਜ ਦੇ ਵਾਤਾਵਰਨ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ। ਆ ਜਿਹਦੇ ਕੋਲ ਆਪਾਂ ਖੜੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਜੀ 6 ਇੰਚੀ ਬਲੌਕ। ਅੱਛਾ ਜੀ। ਅਤੇ
ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ, ਅਤੇ 6 ਇੰਚ ਇਹਦੀ ਇੱਧਰ ਨੂੰ ਚੌੜਾਈ ਆ, ਅਤੇ 6 ਇੰਚ ਉੱਚਾਈ ਆਪਾਂ ਨੂੰ ਲਗਭਗ 3.5-4 ਟਨ ਕਵਰ ਕਰ ਜਾਂਦਾ ਇੱਕ ਬਲੋਕ। ਹਾਂਜੀ, ਅਤੇ ਦੂਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਹਾਂ, ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ, ਸ਼ੋਰੇਜ ਦੀ ਪ੍ਰੋਬਲਮ ਆ ਰਹੀ ਆ, ਆਪਾਂ ਜਿੰਨੇ ਮਰਜ਼ੀ ਪੈਸੇ ਲਾਉਂਦੇ ਹਾਂ 2 ਸਾਲ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ, ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਹਾਂ, ਚਾਹੇ ਬਲੋਕ ਯੂਜ਼ ਕਰਦੇ ਹਾਂ, ਇਹ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ। ਅਤੇ ਦੂਸਰਾ ਇਹ ਆ ਕਿ ਆਪਣਾ ਇਹ 'ਚ ਮਟੀਰੀਅਲ ਸੇਵ ਹੋਊਗਾ, ਜਿਵੇਂ ਪੈਸਾ ਸੇਵ ਹੋਊਗਾ, ਮਟੀਰੀਅਲ ਸੇਵ, ਜਿੱਦਾਂ ਰੇਤਾ ਯੂਜ਼ ਕਰਦੇ ਹਾਂ ਆਪਾਂ ਜਾਂ ਸੀਮਿੰਟ ਯੂਜ਼ ਕਰਦੇ ਹਾਂ, ਅਤੇ ਉਹ ਸਾਰਾ ਆਪਣਾ ਸੇਵ ਹੋਊਗਾ।